ਹਰ ਗ੍ਰੰਥ ਸੱਚ ਤੱਕ ਪਹੁੰਚਣ ਦਾ ਇੱਕ ਨਕਸ਼ਾ ਤੇ ਹਰ ਨਕਸ਼ਾ ਮੰਜ਼ਿਲ ਤੱਕ ਪਹੁੰਚਣ ਦਾ ਸੰਕੇਤ। ਹਰ ਗ੍ਰੰਥ 'ਚ ਪਰਮਾਤਮਾ ਬਾਰੇ ਜਾਣਕਾਰੀ ਮਿਲ ਸਕਦੀ, ਪਰ ਪਰਮਾਤਮਾ ਨਹੀਂ। ਜੇ ਗ੍ਰੰਥਾਂ 'ਚੋਂ ਰੱਬ ਮਿਲਦਾ ਤਾਂ ਹਰ ਇੱਕ ਨੂੰ ਮਿਲ ਜਾਣਾ ਸੀ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਸ ਨੂੰ ਕਿਸੇ ਵੀ ਕੀਮਤ ਨਾਲ ਨਹੀਂ ਪਾਇਆ ਜਾ ਸਕਦਾ। ਸ਼੍ਰੀ ਕ੍ਰਿਸ਼ਨ, ਮਹਾਤਮਾ ਬੁੱਧ, ਮਹਾਵੀਰ ਜੈਨ, ਜੀਜਸ ਕ੍ਰਾਈਸਟ, ਹਜ਼ਰਤ ਮੁਹੰਮਦ, ਗੁਰੂ ਨਾਨਕ, ਕਿਸੇ ਨੂੰ ਵੀ ਗ੍ਰੰਥਾਂ 'ਚੋਂ ਪਰਮਾਤਮਾ ਨਹੀਂ ਮਿਲਿਆ। ਪਰਮਾਤਮਾ ਇਹਨਾਂ ਗ੍ਰੰਥਾਂ ਤੋਂ ਪਹਿਲਾਂ ਵੀ ਸੀ, ਹੈ ਤੇ ਰਹੇਗਾ। ਅਰਬਦ ਨਰਬਦ ਤੰਦੂਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਇੰਦਾ। ਧਰਤੀ ਆਕਾਸ਼ ਦਿਨ ਰਾਤ ਚੰਦ ਸੂਰਜ ਕੁਝ ਵੀ ਨਹੀਂ ਸੀ, ਪਰ ਉਹ ਸੀ। ਹਰ ਗ੍ਰੰਥ 'ਚ ਸਿਰਫ ਉਸ ਦੀ ਸਿਫਤ ਬਿਆਨ ਕੀਤੀ ਗਈ। ਕਬੀਰ, ਸਾਤ ਸਮੁੰਦ ਮਸ ਕਰੂੰ, ਕਲਮ ਕਰੂੰ ਬਨਰਾਏ, ਬਸੁਦਾ ਕਾਗਦ ਜੋ ਕਰੂੰ, ਹਰ ਜਸ ਲਿਖਣ ਨਾ ਜਾਏ। ਸੱਤਾਂ ਸਮੁੰਦਰਾਂ ਨੂੰ ਜੇ ਮੈਂ ਸਿਆਹੀ ਬਣਾਵਾਂ, ਸਾਰੀ ਬਨਸਪਤੀ ਨੂੰ ਕਲਮ ਬਣਾਵਾਂ ਤੇ ਸਾਰੀ ਧਰਤੀ ਨੂੰ ਕਾਗਜ਼ ਬਣਾਵਾਂ, ਤਾਂ ਵੀ ਉਸ ਦੀ ਸਿਫਤ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਸੈਂਕੜੇ ਸਾਲ ਪਹਿਲਾਂ ਭਗਵਤ ਗੀਤਾ, ਬਾਈਬਲ, ਕੁਰਾਨ, ਗੁਰੂ ਗ੍ਰੰਥ ਸਾਹਿਬ ਨਹੀਂ ਸਨ, ਪਰ ਪਰਮਾਤਮਾ ਤਾਂ ਫਿਰ ਵੀ ਸੀ। ਦਿਨ ਸਨਾ ਰਹਿਣ ਬੇਦ ਨਹੀਂ ਸ਼ਾਸਤਰ, ਤਹਾਂ ਬਸੇ ਨਿਰੰਕਾਰਾ, ਕਹਿ ਕਬੀਰ ਨਰ ਤਿਸੇ ਧਿਆਵੋ, ਬਾਵਰਿਆ ਸੰਸਾਰਾ। ਪਰ ਅੱਜ ਹਰ ਇੱਕ ਨੇ ਇਹਨਾਂ ਗ੍ਰੰਥਾਂ 'ਤੇ ਆਪਣੀ ਮੋਹਰ ਲਗਾਤੀ। ਗ੍ਰੰਥ ਤਾਂ ਸਾਂਝੇ ਹਨ ਅਤੇ ਸਾਂਝੀ ਵਾਰਤਾ ਦਾ ਸੰਦੇਸ਼ ਦੇ ਰਹੇ, ਪਰ ਖੁਦਗਰਜ ਲੋਕਾਂ ਨੇ ਇਹਨਾਂ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਦੇ ਗ੍ਰੰਥ ਬਣਾ ਦਿੱਤਾ। ਕੋਈ ਵੀ ਗ੍ਰੰਥ ਮਾੜਾ ਨਹੀਂ, ਬੰਦੇ ਦੀ ਸੋਚ ਹੀ ਮਾੜੀ। ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇਸ ਮਾੜੀ ਸੋਚ ਕਾਰਨ ਮਨੁੱਖ ਆਪਣੇ ਗ੍ਰੰਥ ਅੱਗੇ ਤਾਂ ਸ਼ਰਧਾ ਦੇ ਫੁੱਲ ਭੇਟ ਕਰਦਾ, ਪਰ ਦੂਜੇ ਦੇ ਗ੍ਰੰਥਾਂ ਨੂੰ ਲੀਰੋ ਲੀਰ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਹਰ ਇੱਕ ਨੂੰ ਆਪਣਾ ਗ੍ਰੰਥ ਓਨਾ ਹੀ ਪਿਆਰਾ ਜਿੰਨਾ ਦੂਜੇ ਨੂੰ। ਇਹ ਗ੍ਰੰਥ ਤਾਂ ਮਨੁੱਖ ਨੂੰ ਇੱਕ ਸੂਤਰ 'ਚ ਪਰੋਣ ਦਾ ਸੰਦੇਸ਼ ਦੇ ਰਹੇ। ਇਸ ਲਈ ਇਹਨਾਂ ਗ੍ਰੰਥਾਂ ਨੂੰ ਪਾੜਨ ਸਾੜਨ ਦੀ ਬਜਾਏ ਹਰ ਗ੍ਰੰਥ ਤੋਂ ਜੀਵਨ ਜਾ ਸਿੱਖੋ, ਕਿਉਂਕਿ ਹਰ ਗ੍ਰੰਥ ਇੱਕੋ ਸੰਦੇਸ਼ ਦੇ ਰਿਹਾ ਕਿ ਹਿੰਦੂ ਮੁਸਲਿਮ ਨਾ ਬਣੋ, ਈਸਾਈ ਸਿੱਖ ਨਾ ਬਣੋ, ਮਨੁੱਖ ਬਣੋ। ਮਨੁੱਖ ਬਣਨ ਦੀ ਦੇਰ, ਮਨ ਗੰਗਾ ਜਲ ਵਾਂਗ ਨਿਰਮਲ ਹੋ ਜੂ, ਫਿਰ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ, ਪਰਮਾਤਮਾ ਆਪ ਤੈਨੂੰ ਲੱਭੂ। ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ।